ਮੇਰੇ ਮੂੰਹ ਹੁਣ ਪ੍ਰੋਡਕਸ਼ਨ ਦਾ ਕੰਮ ਸੀ, ਮੇਰੇ ਮੂੰਹ 'ਚੋਂ ਨਾ ਗਾਲ ਨਿਕਲ ਗਈ, ਗਾਲ ਨਿਕਲ ਗਈ ਅਤੇ ਭਰਾ ਮੇਰੇ ਨੇ ਵੱਟ ਕੇ ਮਾਰੀ ਮੇਰੇ ਕੰਨਾਂ ਦੇ ਪਿੱਛੋਂ। ਕਈ ਕਹਿਣ ਬਈ ਤੂੰ ਐਕਟਰ ਆ, ਤੂੰ ਫਲਾਣਾ ਵਾ, ਲੈ ਤੇਰੇ ਕਿੱਦਾਂ ਮਾਰਤੀ ਚਪੇੜ ਸਾਰੀ ਬਰਾਦਰੀ ਬੈਠੀ ਆ। ਮੇਰੀ ਮਾਤਾ ਕਹਿੰਦੀ, ਮੇਰੇ ਰਿਲੇਟਿਵ ਹੀ ਸੀਗੇ, ਮੇਰੀ ਮਾਤਾ ਕਹਿੰਦੀ ਵੀ ਇਹਨੂੰ ਪੁੱਛੋ ਵੀ ਜੇ ਉਹ ਨਾ ਹੋਵੇ ਇਹ ਸਰਵਾਈਵ ਕਰ ਸਕਦਾ? ਤੁਹਾਡੇ ਹਿਸਾਬ ਦਾ ਐਕਟਰ ਆ, ਮੇਰੇ ਵਿਆਹ ਸਵੇਰੇ ਬਰਾਤ ਚੜ੍ਹਨੀ ਮੇਰੀ, ਅਤੇ ਇੱਕ ਦਿਨ ਪਹਿਲਾਂ ਮੇਰੇ ਕੰਨਾਂ 'ਤੇ ਚਪੇੜ ਪਈ। ਉਹ ਮੇਰੇ ਸਾਰੇ ਸਾਹਮਣੇ ਬੈਠੀ ਮੇਰੀ ਮਾਤਾ ਨੇ ਕਿਹਾ, ਮੇਰੀ ਮਾਤਾ ਕਹਿੰਦੀ ਇਹਨਾਂ ਦੀਆਂ ਗੱਲਾਂ 'ਚ ਨਾ ਆ ਜੀ, ਕਿਤੇ ਇਹਨਾਂ ਦੀਆਂ ਗੱਲਾਂ 'ਚ ਨਾ ਆ ਜੀ, ਤੇਰੇ 'ਤੇ ਚਪੇੜ ਮਾਰਨ ਵਾਲਾ ਕੋਈ ਹੈਗਾ ਵਾ? ਤੇਰੇ 'ਤੇ ਕੋਈ ਉਹਨੂੰ ਪੁੱਛ ਜਿਹਨੂੰ ਚਪੇੜ ਮਾਰਨ ਵਾਲਾ ਹੀ ਕੋਈ ਨਹੀਂ, ਉਹ ਕਿੰਨਾ ਤਰਸਦਾ ਹੋਊਗਾ ਕਿ ਮੈਨੂੰ ਵੀ ਕੋਈ ਕਹਿਣ ਵਾਲਾ ਹੋਵੇ। ਕਹਿੰਦੀ ਤੂੰ ਇਹ ਸੋ, ਇਹਨਾਂ ਦੇ ਚੱਕਰਾਂ 'ਚ ਨਾ ਪਈ, ਸਿੱਧੀ ਸਾਰਿਆਂ ਦੇ ਸਾਹਮਣੇ ਵੀ ਇਹਨਾਂ ਦੇ ਮਗਰ ਨਾ ਲੱਗ ਜਾਈ ਕਿਤੇ, ਉਹਨੂੰ ਪੁੱਛ ਕੇ ਵੇਖ ਜਿਹੜਾ ਕਈ ਸਾਲਾਂ ਤੋਂ ਤਰਸਦਾ ਕਿ ਮੈਨੂੰ ਵੀ ਕੋਈ ਦਬਕਾ ਮਾਰ ਕੇ ਵਿਖਾਵੇ। ਇੱਕ